ਨਾਨਕ ਸ਼ਹਿਰ ਦੀ ਨਾਮਵਰ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਦੇ ਨਵ ਨਿਯੁਕਤ ਪ੍ਰਧਾਨ ਵਿਜੇ ਕੁਮਾਰ ਲਹਿਰੀ ਦੀ ਪ੍ਰਧਾਨਗੀ ਦੇ ਹੇਠ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ। ਇਸ ਮੌਕੇ DSP ਤਲਵੰਡੀ ਸਾਬੋ ਮਨੋਜ ਕੋਰ ਸੀ ਅਤੇ SHO ਰਾਮਾ ਪਰਵਿੰਦਰ ਸਿੰਘ ਸੇਖੋ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕੋਰੋਨਾ ਮਹਾਮਾਰੀ ਦੌਰਾਨ ਮਰੀਜ਼ਾਂ ਦੇ ਇਲਾਜ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ 1 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਕੋਰੋਨਾ ਮਹਾਮਾਰੀ ਦੌਰਾਨ ਆਪਣੀਆਂ ਵਧੀਆ ਸੇਵਾਵਾਂ ਦੇਣ ਵਾਲਿਆਂ ਨੂੰ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਸਾਡੀ ਫਸਟ ਡੇ ਹੈ ਜਿਹੜਾ ਮੇਰੀ ਟੀਮ ਦਾ, ਮੈਂ ਐਜ ਏ ਪ੍ਰੈਜ਼ੀਡੈਂਟ ਰੋਟਰੀ ਕਲੱਬ ਰਾਮਾ ਦਾ ਚਾਰ ਸੰਭਾਲਿਆ ਅਤੇ ਮੇਰੇ ਨਾਲ ਹੀ ਮੇਰੇ ਕੇਵਲ ਸਿੰਗਲਾ ਜੀ ਹੈ ਜਿਹੜੇ ਸੈਕਟਰੀ ਨੇ ਅਤੇ ਅਸ਼ੋਕ ਗਰਗ ਜੀ ਸਾਡੇ ਕੈਸ਼ੀਅਰ ਨੇ। ਅੱਗੇ ਵੀ ਟੀਮ ਜਿਹੜੀ ਅਸੀਂ ਵਿਸਤਾਰ ਕਰਨਾ ਟੀਮ ਦਾ ਪੂਰਾ, ਔਰ ਤਨ ਮਨ ਨਾਲ ਸੇਵਾ ਕਰਨੀ ਹੈ ਸਮਾਜ ਦੀ। ਮੇਨ ਮੋਟਿਵ ਜਿਹੜਾ ਸਾਡਾ ਹੈਗਾ ਕਿ ਅਸੀਂ ਬੱਚਿਆਂ ਨੂੰ ਇੰਸ਼ੋਰੈਂਸ ਇੰਸ਼ੋਰਡ ਕਰਨਾ ਹੈ, ਜਿਹੜੇ ਸਰਕਾਰੀ ਸਕੂਲ 'ਚ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਅਸੀਂ ਫ੍ਰੀ ਇੰਸ਼ੋਰੈਂਸ ਦੇਣਾ ਤਾਂ ਕਿ ਬੱਚਿਆਂ ਨੂੰ ਕੱਲ੍ਹ ਕੋਈ ਦਿੱਕਤ ਆਉਂਦੀ ਹੈ, ਪਰੇਸ਼ਾਨੀ ਆਉਂਦੀ ਹੈ ਤਾਂ ਉਹਦੇ ਮਾਂ ਬਾਪ ਨੂੰ ਜ਼ਿਆਦਾ ਸਟਰਗਲ ਨਾ ਕਰਨੀ ਪਵੇ। ਦੂਸਰਾ ਸਾਡਾ ਮੇਨ ਮੋਟਿਵ ਹੈ ਆਈਜ਼ ਦਾ ਹੈ, ਕੈਂਪ ਲਗਾਵਾਂਗੇ ਅਸੀਂ, ਇੱਕ ਪਿੰਡ ਅਸੀਂ ਮਤਲਬ ਸਿਲੈਕਟ ਕਰਾਂਗੇ ਜਿਹਦੇ 'ਚ ਬਲਾਈਂਡ ਫ੍ਰੀ ਕੋਈ ਵੀ ਮਤਲਬ ਉੱਥੋਂ ਦਾ ਬੰਦਾ ਕੋਈ ਵੀ ਆਈਜ਼ ਦੀ ਪ੍ਰੋਬਲਮ ਹੈ ਉਹ ਸਾਰਾ ਜਮ੍ਹਾਂ ਮਤਲਬ ਅਸੀਂ ਬੀੜਾ ਉਠਾਵਾਂਗੇ ਉਹਦਾ ਰੋਟਰੀ ਕਲੱਬ ਰਾਮਾ ਵੱਲੋਂ। ਹਰ ਸਾਡੀ ਜਿਹੜਾ ਗਵਰਨਰ ਹੈ RI ਡਿਸਟ੍ਰਿਕਟ 309 ਜੀ ਦਾ ਮਿਸਟਰ ਪ੍ਰਵੀਨ ਜਿੰਦਲ ਜੀ, ਉਹਨਾਂ ਦੀ ਇੰਸਟਰਕਸ਼ਨ ਹੈ ਵੀ ਤੁਸੀਂ ਇੱਕ ਵਿਲੇਜ ਅਡੋਪਟ ਕਰਨਾ ਜਿਹਨੂੰ ਪੂਰੀਆਂ ਸਹੂਲਤਾਂ ਦੇਣੀਆਂ ਆਈਜ਼ ਦੇ ਡਾਕਟਰ ਦੀਆਂ ਤਾਂ ਕਿ ਆਪਾਂ ਉਸ ਮਤਲਬ ਪਿੰਡ ਨੂੰ ਪੂਰਾ ਫ੍ਰੀ ਕਰਨਾ, ਬਲਾਈਂਡ ਫ੍ਰੀ ਕਰਨਾ। ਉਹ ਦੂਸਰੇ ਸਾਡੇ ਮੇਨ ਇੱਕ ਜੰਗਲ ਨਵਾਂ ਪ੍ਰੋਜੈਕਟ ਚਲਾਇਆ ਜਿਹਦੇ ਨਾਲ ਅਸੀਂ 500 ਪੇੜ ਇੱਕ ਉਹਦੇ ਲਈ ਜਗ੍ਹਾ ਸਿਲੈਕਟ ਕਰ ਰਹੇ ਹਾਂ, ਜਲਦੀ ਅਸੀਂ ਇੱਕ ਜੰਗਲ ਦੀ ਤਰ੍ਹਾਂ ਬਹੁਤ ਅੱਛਾ ਸੀਨ ਬਣਾਵਾਂਗੇ ਔਰ ਬੜੀ ਤਕਨੀਕ ਨਾਲ ਬਣਾ ਰਹੇ ਹਾਂ ਤਾਂ ਕਿ ਰਾਮਾ ਮੰਡੀ ਨਿਵਾਸੀਆਂ ਨੂੰ ਇੱਕ ਨਵੀਂ ਚੀਜ਼ ਦੇ ਸਕੀਏ। ਉਹਦੇ ਵਿੱਚ ਬੱਚੇ ਇੰਜੋਏ ਕਰ ਸਕਦੇ ਆ, ਇਨਵਾਇਰਮੈਂਟ ਦਾ ਬੜਾ ਅੱਛਾ ਉਹਦਾ ਅਸਰ ਪੈਣਾ, ਔਰ ਨਾਲ ਅਸੀਂ ਜਿਹੜਾ ਸਾਡਾ ਇੰਸ਼ੋਰੈਂਸ ਤੋਂ ਇਲਾਵਾ ਅਸੀਂ 5-6 ਪ੍ਰੋਜੈਕਟ ਸਾਡੇ ਹੋਰ ਨੇ, ਮਤਲਬ ਆਸੇ ਪਾਸੇ ਪੇੜ ਵੀ ਲਗਾਉਣੇ ਹੈ, ਆਈ ਕੈਂਪ ਵੀ ਲਗਾਉਣੇ, ਨਾਲ ਹੋਰ ਵੀ ਕੰਮ ਕਰਾਉਣੇ ਹੈ। ਔਰ ਜਿਹੜੇ ਸਾਡੇ ਜਿਵੇਂ ਸਾਨੂੰ ਡਿਸਟ੍ਰਿਕਟ ਗਵਰਨਰ ਸਾਨੂੰ ਗਾਈਡ ਕਰੂਗਾ, ਜਿਹੜਾ ਇੱਕ ਮਹੀਨੇ ਦਾ ਸਾਨੂੰ ਟਾਰਗੇਟ ਦਿੱਤਾ ਹੈ ਉਹਦੇ 'ਚ 5 ਪ੍ਰੋਜੈਕਟ ਹੈ ਜਿਹਦੇ 'ਚ ਅਸੀਂ ਫਸਟ ਪ੍ਰੋਜੈਕਟ ਇਹ ਸੀ ਵੀ ਅਸੀਂ ਬੋਰੀਅਸ ਜਿਹੜੇ ਹੈਗੇ ਆ ਸਾਡੇ ਡਾਕਟਰਸ ਨੇ ਜਿਵੇਂ ਡਾਕਟਰ ਡੇ ਬਣਾ ਰਹੇ ਹਾਂ, CA ਡੇ ਬਣਾ ਰਹੇ ਹਾਂ, ਉਹਨਾਂ ਨੂੰ ਅੱਜ ਸਨਮਾਨਿਤ ਕਰਨ ਦਾ ਬੀੜਾ ਉਠਾਇਆ ਤਾਂ ਕਿ ਇਹਨਾਂ ਦਾ ਜੋ ਸਮਾਜ ਵਿੱਚ ਦੇਣ ਹੈ ਉਹਨੂੰ ਅਸੀਂ ਪ੍ਰਭਾਵਿਤ ਢੰਗ ਨਾਲ ਅਸੀਂ ਪੇਸ਼ ਕਰ ਸਕੀਏ ਲੋਕਾਂ ਦੇ ਅੱਗੇ ਵੀ ਇਹ ਕਾਫੀ ਅੱਛੇ ਵਰਕਰ ਨੇ। ਨਾਲ ਸਾਡੇ ਕਲੱਬ ਆ ਜਿਹੜਾ ਸੋਸ਼ਲ ਵਰਕਰ ਹੈ ਜਿਵੇਂ ਹੈਲਪਲਾਈਨ ਕਲੱਬ ਹੈ, ਲੋਕ ਭਲਾਈ ਕਲੱਬ ਹੈ, ਸਹਾਰਾ ਵੈਲਫੇਅਰ ਕਲੱਬ ਹੈ, ਇੱਕ ਸਾਡੇ ਕਲੱਬ ਨੇ ਫਤਿਹ ਕਲੱਬ ਹੈ, ਬਹੁਤ ਹੀ ਅੱਛਾ ਕੰਮ ਕਰ ਰਿਹਾ। ਮੈਂ ਦੇਖ ਰਿਹਾ ਕਿ ਇਹ ਇਹਨਾਂ ਦੇ ਆਉਣ ਨਾਲ ਸਾਡੇ ਸਮਾਜ ਨੂੰ ਬਹੁਤ ਕੁਛ ਮਿਲਿਆ, ਕਿਉਂਕਿ ਇਹ ਜਿਹੜੇ ਚੈਰਿਟੀ ਲੋਕ ਕਰਨ ਵਾਸਤੇ ਬਹੁਤ ਤਿਆਰ ਨੇ ਪਰ ਉਹ ਮਤਲਬ ਅੱਛੇ ਜਿਹੜੇ ਵਰਕਰ ਨੇ ਉਹਨਾਂ ਨੂੰ ਦੇਣਾ ਚਾਹੁੰਦੇ ਨੇ। ਮੰਡੀ 'ਚ ਬਹੁਤ ਇਹੋ ਜਿਹੇ ਸਹਿਯੋਗੀ ਨੇ ਕਿ ਉਹ 1 ਲੱਖ ਰੁਪਏ ਤੱਕ ਵੀ ਦਾਨ ਦੇ ਸਕਦੇ, 2 ਲੱਖ ਤੱਕ ਵੀ ਦਾਨ ਦੇ ਸਕਦੇ ਨੇ, ਲੇਕਿਨ ਰੂਟੀਨ ਦੇ ਵਿੱਚ ਵੀ 500,000 ਤੱਕ 2,000 ਤੱਕ ਤਾਂ ਹਰੇਕ ਹੀ ਬੰਦਾ ਦੇਣਾ ਚਾਹੁੰਦਾ, ਕਿਉਂਕਿ ਇਹੋ ਜਿਹੇ ਵਰਕਰ ਮਿਲੇ ਆ ਕਿ ਕੋਰੋਨਾ ਜਿਹੜੀ ਮਹਾਂਮਾਰੀ ਸੀ ਇਹ ਬਹੁਤ ਭਿਆਨਕ ਸੀ, ਇਹਦੇ ਨਾਲ ਬਹੁਤ ਹੀ ਜਾਨੀ ਮਾਲ ਦਾ ਨੁਕਸਾਨ ਹੋਇਆ ਅਤੇ ਇਹਦੇ ਲਈ ਇਹਨਾਂ ਵਰਕਰਾਂ ਦੀ ਕਾਫੀ ਲੋੜ ਸੀ ਮੰਡੀ ਨੂੰ, ਔਰ ਇਹਨਾਂ ਨੇ ਬਹੁਤ ਹੀ ਅੱਛਾ ਕੰਮ ਸਰਾਹਨਾਯੋਗ ਕੀਤਾ ਜਿਹਦੇ ਸਦਕਾ ਸਾਡੀ ਮੰਡੀ ਨੂੰ ਕਾਫੀ ਫਾਇਦਾ ਪਹੁੰਚਿਆ ਔਰ ਆਸੇ ਪਾਸੇ ਦੇ ਪਿੰਡਾਂ ਨੂੰ ਵੀ ਫਾਇਦਾ ਪਹੁੰਚਿਆ। ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਰੀ ਟੀਮ ਦਾ ਵੱਲੋਂ, ਮੇਰੇ ਰੋਟਰੀ ਕਲੱਬ ਵੱਲੋਂ ਇਹਨਾਂ ਸਾਰਿਆਂ ਦਾ, ਵੋਰੀਅਰਸ ਦਾ ਧੰਨਵਾਦ ਕਰਦਾ, ਨਾਲ ਹੀ DSP ਸਾਹਿਬ ਦਾ, SHO ਸਾਹਿਬ ਦਾ, ਅਤੇ ਨਾਲ ਹੀ ਪੱਤਰਕਾਰ ਜਿਹੜੇ ਸਾਹਿਬਾਨ ਸਾਡੇ ਆਏ ਨੇ ਪਰਮਜੀਤ ਲਹਿਰੀ ਜੀ ਅਤੇ ਅਮਰਜੀਤ ਲਹਿਰੀ ਜੀ, ਤਰਸ਼ੇਮ ਸਿੰਗਲਾ ਜੀ, ਤਿੰਨਾਂ ਨੂੰ ਅਸੀਂ ਸਨਮਾਨ ਕੀਤਾ ਵਿਸ਼ੇਸ਼ ਤੌਰ 'ਤੇ, ਕਿਉਂਕਿ ਇਹਨਾਂ ਦਾ ਜੋ ਸਹਿਯੋਗ ਹੈ ਇਹਨਾਂ ਨੂੰ ਜਾਗਰਤੀ ਕਰਨੀ ਹੁੰਦੀ, ਹਮੇਸ਼ਾ ਸਮਾਜ ਨੂੰ ਜਾਗਰਤ ਕਰਨਾ ਹੁੰਦਾ ਵੀ ਇੱਥੇ ਆਹ ਕੰਮ ਦੀ ਦਿੱਕਤ ਹੈ, ਆਹ ਪਰੇਸ਼ਾਨੀ ਹੈ, ਜੇ ਕੋਈ ਹੌਂਸਲਾ ਬਣਾਉਣ ਵਾਲਾ ਕੰਮ ਹੈ ਉਹ ਹੌਂਸਲਾ ਬਣਾਉਂਦੇ ਆ ਸਾਡਾ, ਅਤੇ ਅਸੀਂ ਇਹਨਾਂ ਤੋਂ ਕਾਫੀ ਪ੍ਰਭਾਵਿਤ ਆ। ਅਸੀਂ ਇਸ ਕਰਕੇ ਤਿੰਨਾਂ ਨੂੰ ਅਸੀਂ ਸਨਮਾਨ ਕਰਨ ਦਾ ਫੈਸਲਾ ਕੀਤਾ। 3-4 ਸਾਡੇ ਸਹਿਯੋਗੀ ਹੋਰ ਨੇ ਜਿਹੜੇ ਸੋਸ਼ਲ ਵਰਕਰ ਕਰਦੇ ਨੇ, ਜਿਵੇਂ ਮਤਲਬ ਸ਼ਮਸ਼ਾਨ ਘਾਟ ਦੇ ਵਿੱਚ ਅਰਥੀ ਨੂੰ ਅਗਨੀ ਦੇਣੀ ਹੈ, ਉਹਦੇ ਵਿੱਚ ਵਿਜੇ ਲਹਿਰੀ, ਤੇਲੂ ਰਾਮ ਲਹਿਰੀ, ਇਹ ਕਾਫੀ ਯੋਗਦਾਨ ਇਹਨਾਂ ਦਾ ਰਹਿੰਦਾ, ਇਸ ਕਰਕੇ ਇਹਨਾਂ ਨੂੰ ਸਪੈਸ਼ਲੀ ਤੌਰ 'ਤੇ ਅਸੀਂ ਸਨਮਾਨ ਦੇਣ ਦਾ ਫੈਸਲਾ ਕੀਤਾ। ਥੈਂਕ ਯੂ ਸੋ ਮੱਚ। ਰਾਮਾ ਦੀ ਟੀਮ ਹੈ, ਉਹਨਾਂ ਨੇ ਜੋ ਕਰੋਨਾ ਦੀ ਜਿਹੜੀ ਲੜਾਈ ਹੈ ਉਹਦੇ ਵਿੱਚ ਜਿਹੜੇ ਫਰੰਟਲਾਈਨ ਵਾਰੀਅਰ ਹੈਗੇ ਨੇ ਉਹਨਾਂ ਨੂੰ ਜਿਵੇਂ ਡਾਕਟਰਸ ਅਤੇ ਹੋਰ ਜਿਹੜੇ ਪ੍ਰਸ਼ਾਸਨ ਦੇ ਨੁਮਾਇੰਦੇ ਹੈਗੇ ਨੇ ਉਹਨਾਂ ਨੂੰ ਸਨਮਾਨਿਤ ਕਰਨ ਦਾ ਜਿਹੜਾ ਉਪਰਾਲਾ ਕੀਤਾ।
तो मैं इन्होंने सारे का प्रशासन वालों पुलिस प्रशासन वालों धन्यवाद करना। ये जो इवेंट्स होंगे इन्हों बड़ी हौसला अफजाई होंगी है तो इन्हों के बाकी जी पॉजिटिव कॉन्ट्रीब्यूशन है तो होर समाज सेवी संस्थावान पॉजिटिव कॉन्ट्रीब्यूशन है वह भी असं इन्हों का तय दिलों धन्यवाद कर वालों डॉक्टर डे के उपर हैल्पलाइन के दे कामों देखते हुए हैल्प रोटरी क्लब वालों हैल्पलाइन अच्छ सम्मानित किया गया। ये सानू बहुत ही बड़ा हौसला मिलता है जब कोई इस तरह की हौसला वालाई सानू करता है तो साडा मनोबल होर वधदा। तो इस डॉक्टर डे ते मैं पूरी डॉक्टर टीम जो भी ऑल इंडिया काम कर रही है उन्होंने सल्यूट करता। थैंक यू। रामा मंडी तो परमजीत सिंह लहरी की रिपोर्ट NC7 न्यूज़।